ਮੈਂ ਹਰਪ੍ਰੀਤ ਸਿੰਘ ਤੰਜਲ, ਡਾਇਰੈਕਟਰ ਪਾਲ ਹੁੰਡਈ ਅਤੇ ਪਾਲ ਮੋਟਰਸ ਖੰਨਾ ਵੱਲੋਂ ਆਪ ਸਭ ਨੂੰ, ਇਲਾਕਾ ਨਿਵਾਸੀਆਂ ਨੂੰ, ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਅਤੇ ਵਿਸ਼ਵਕਰਮਾ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ। ਜੇ ਆਪਾਂ ਗੱਲ ਕਰੀਏ ਦੀਪਾਵਲੀ ਦੀ, ਇਹ ਸਰਵ ਧਰਮ ਸਾਂਝਾ ਤਿਉਹਾਰ ਹੈ ਜਿਸ ਨੂੰ ਆਪਾਂ ਹਿੰਦੂ ਮਾਨਤਾ ਦੇ ਅਨੁਸਾਰ ਇਸ ਦਿਨ ਭਗਵਾਨ ਸ਼੍ਰੀ ਰਾਮ 14 ਸਾਲ ਦੇ ਬਨਵਾਸ ਤੋਂ ਬਾਅਦ ਦੇ ਵਿੱਚ ਅਯੋਧਿਆ ਵਾਪਸ ਆਏ ਸਨ, ਜਿਸ ਨੂੰ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ, ਦੀਵਾਲੀ ਮਨਾਈ ਜਾਂਦੀ ਹੈ। ਜੇ ਆਪਾਂ ਗੱਲ ਕਰੀਏ ਸਿੱਖ ਧਰਮ ਦੀ, ਇਸ ਦੇ ਵਿੱਚ 6ਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ 52 ਰਾਜਿਆਂ ਨੂੰ ਜਹਾਂਗੀਰ ਦੀ ਚੁੰਗਲ ਦੇ ਵਿੱਚੋਂ ਛੁਡਵਾ ਕੇ ਗਵਾਲੀਅਰ ਦੇ ਕਿਲ੍ਹੇ ਤੋਂ ਪੰਜਾਬ ਅੰਮ੍ਰਿਤਸਰ ਪਹੁੰਚੇ ਸਨ, ਜਿਸ ਦੀ ਇਹ ਖੁਸ਼ੀ ਦੇ ਵਿੱਚ ਆਪਾਂ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾਂਦਾ ਹੈ। ਮੈਂ ਰਕੇਸ਼ਵਰ ਵਾਲੀਆ, ਪ੍ਰਿੰਸੀਪਲ ਵਾਲੀਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਅਤੇ ਮੈਨੇਜਮੈਂਟ ਮੈਂਬਰ ਅਤੇ ਸਕੂਲ ਸਟਾਫ ਵੱਲੋਂ ਇਲਾਕਾ ਨਿਵਾਸੀਆਂ ਨੂੰ ਦੀਵਾਲੀ ਅਤੇ ਬਾਬਾ ਵਿਸ਼ਵਕਰਮਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਤਿਉਹਾਰ ਸਾਰੇ ਲੋਕਾਂ ਲਈ ਖੁਸ਼ੀਆਂ ਭਰਿਆ ਹੋਵੇ। ਅਸੀਂ ਰੁਪਿੰਦਰ ਸਿੰਘ ਭੱਟੀ ਅਤੇ ਡਾਕਟਰ ਕਰਮਜੀਤ ਸਿੰਘ ਭੱਟੀ, ਵਾਸੀ ਪਿੰਡ ਰਹੌਣ, ਆਪ ਸਭ ਨੂੰ ਦੀਵਾਲੀ ਦੀਆਂ, ਬਾਬਾ ਵਿਸ਼ਵਕਰਮਾ ਡੇ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਆਖਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਇਹ ਤਿਉਹਾਰ ਆਪ ਸਭ ਲਈ ਬਹੁਤ ਖੁਸ਼ੀਆਂ ਭਰੇ ਰਹਿਣ ਅਤੇ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਆਪਾਂ ਨੇ ਇਹਨਾਂ ਦਿਨਾਂ ਦੇ ਵਿੱਚ ਬੰਬ ਪਟਾਕੇ ਚਲਾਉਣੇ ਨੇ ਉਹ ਪੂਰੇ ਪੋਲਿਊਸ਼ਨ ਰਹਿਤ ਹੋਣ, ਤਾਂ ਕਿ ਆਪਾਂ ਆਪਣੇ ਇਲਾਕੇ ਨੂੰ, ਆਪਣੇ ਪੰਜਾਬ ਨੂੰ ਪੋਲਿਊਸ਼ਨ ਰਹਿਤ ਰੱਖ ਸਕੀਏ।